ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਦੀ ਰਫ਼ਤਾਰ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ। ਸਪਾਈਸ ਜੈੱਟ, ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਰੱਦ ਹੋ ਚੁੱਕੀਆਂ ਨੇ। ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ। ਦੁਨੀਆ ਭਰ ਦੇ ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ। ਭਾਰਤ ਸਣੇ ਕਈ ਏਅਰਪੋਰਟਾਂ ਤੇ ਤਕਨੀਕੀ ਖਰਾਬੀ ਪਾਈ ਗਈ। ਭਾਰਤ ਸਮੇਤ ਦੁਨੀਆ ਦੀਆਂ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਸਪਾਈਸ ਜੈੱਟ ਇੰਡੀਗੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਅਰਲਾਈਨਸ ਦੇ ਜਹਾਜ਼ ਉਡਾਨ ਨਹੀਂ ਭਰ ਪਾ ਰਹੇ, ਸਰਵਰ ਦੇ ਵਿੱਚ ਖਰਾਬੀ ਕਾਰਨ ਉਡਾਨ ਨਹੀਂ ਭਰ ਸਕਦੇ। ਇੰਡੀਗੋ ਦੇ ਵੱਲੋਂ ਕਿਹਾ ਗਿਆ, ਟਿਕਟ ਬੁਕਿੰਗ ਤੇ ਚੈੱਕ ਇਨ ਤੇ ਯਾਤਰੀ ਪਰੇਸ਼ਾਨ ਹੋ ਰਹੇ ਨੇ। ਤਾਂ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ। ਸਪਾਈਸ ਜੈੱਟ ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਰੱਦ ਹੋ ਚੁੱਕੀਆਂ ਨੇ, ਜਿਸ ਕਾਰਨ ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ। ਟਿਕਟ ਬੁਕਿੰਗ ਤੇ ਚੈੱਕ ਇਨ ਤੇ ਯਾਤਰੀ ਪਰੇਸ਼ਾਨ ਨੇ। ਸਰਵਰ ਦੇ ਵਿੱਚ ਖਰਾਬੀ ਆਉਣ ਕਾਰਨ ਉਡਾਨ ਨਹੀਂ ਭਰੀ ਜਾ ਰਹੀ। ਇੰਡੀਗੋ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਏਅਰਲਾਈਨਸ ਦੇ ਜਹਾਜ਼ ਉਡਾਨ ਨਹੀਂ ਭਰ ਪਾ ਰਹੇ। ਭਾਰਤ ਸਮੇਤ ਦੁਨੀਆ ਭਰ ਦੀਆਂ ਹਵਾਈ ਸੇਵਾਵਾਂ ਇਸ ਦੇ ਨਾਲ ਪ੍ਰਭਾਵਿਤ ਹੋਈਆਂ ਨੇ। ਭਾਰਤ ਦੇ ਕਈ ਏਅਰਪੋਰਟਾਂ ਤੇ ਇਹ ਤਕਨੀਕੀ ਖਰਾਬੀ ਪਾਈ ਗਈ ਹੈ। ਤਾਂ ਦੁਨੀਆ ਭਰ ਦੇ ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ, ਜਿਸ ਕਾਰਨ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਤੇ ਬ੍ਰੇਕ ਲੱਗੀ ਹੈ। ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ ਔਰ ਏਅਰਪੋਰਟ ਤੇ ਹੰਗਾਮਾ ਵੀ ਇਸ ਵੇਲੇ ਨਜ਼ਰ ਆ ਰਿਹਾ। ਤਾਂ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਦੀ ਰਫ਼ਤਾਰ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ। ਸਪਾਈਸ ਜੈੱਟ ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਇਸ ਵੇਲੇ ਰੱਦ ਹੋ ਚੁੱਕੀਆਂ ਨੇ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਟਿਕਟ ਬੁਕਿੰਗ ਅਤੇ ਚੈੱਕ ਇਨ ਤੇ ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ। ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਦੀ ਰਫ਼ਤਾਰ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ। ਸਪਾਈਸ ਜੈੱਟ ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਰੱਦ ਹੋ ਚੁੱਕੀਆਂ ਨੇ। ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ। ਦੁਨੀਆ ਭਰ ਦੇ ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ। ਭਾਰਤ ਸਣੇ ਕਈ ਏਅਰਪੋਰਟਾਂ ਤੇ ਤਕਨੀਕੀ ਖਰਾਬੀ ਪਾਈ ਗਈ। ਭਾਰਤ ਸਮੇਤ ਦੁਨੀਆ ਦੀਆਂ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਸਪਾਈਸ ਜੈੱਟ ਇੰਡੀਗੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਅਰਲਾਈਨਸ ਦੇ ਜਹਾਜ਼ ਉਡਾਨ ਨਹੀਂ ਭਰ ਪਾ ਰਹੇ, ਸਰਵਰ ਦੇ ਵਿੱਚ ਖਰਾਬੀ ਕਾਰਨ ਉਡਾਨ ਨਹੀਂ ਭਰ ਸਕਦੇ। ਇੰਡੀਗੋ ਦੇ ਵੱਲੋਂ ਕਿਹਾ ਗਿਆ, ਟਿਕਟ ਬੁਕਿੰਗ ਤੇ ਚੈੱਕ ਇਨ ਤੇ ਯਾਤਰੀ ਪਰੇਸ਼ਾਨ ਹੋ ਰਹੇ ਨੇ। ਤਾਂ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ। ਸਪਾਈਸ ਜੈੱਟ ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਰੱਦ ਹੋ ਚੁੱਕੀਆਂ ਨੇ, ਜਿਸ ਕਾਰਨ ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ। ਟਿਕਟ ਬੁਕਿੰਗ ਤੇ ਚੈੱਕ ਇਨ ਤੇ ਯਾਤਰੀ ਪਰੇਸ਼ਾਨ ਨੇ। ਸਰਵਰ ਦੇ ਵਿੱਚ ਖਰਾਬੀ ਆਉਣ ਕਾਰਨ ਉਡਾਨ ਨਹੀਂ ਭਰੀ ਜਾ ਰਹੀ। ਇੰਡੀਗੋ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਏਅਰਲਾਈਨਸ ਦੇ ਜਹਾਜ਼ ਉਡਾਨ ਨਹੀਂ ਭਰ ਪਾ ਰਹੇ। ਭਾਰਤ ਸਮੇਤ ਦੁਨੀਆ ਭਰ ਦੀਆਂ ਹਵਾਈ ਸੇਵਾਵਾਂ ਇਸ ਦੇ ਨਾਲ ਪ੍ਰਭਾਵਿਤ ਹੋਈਆਂ ਨੇ। ਭਾਰਤ ਦੇ ਕਈ ਏਅਰਪੋਰਟਾਂ ਤੇ ਇਹ ਤਕਨੀਕੀ ਖਰਾਬੀ ਪਾਈ ਗਈ ਹੈ। ਤਾਂ ਦੁਨੀਆ ਭਰ ਦੇ ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਖਰਾਬੀ ਆਈ, ਜਿਸ ਕਾਰਨ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਤੇ ਬ੍ਰੇਕ ਲੱਗੀ ਹੈ। ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ ਔਰ ਏਅਰਪੋਰਟ ਤੇ ਹੰਗਾਮਾ ਵੀ ਇਸ ਵੇਲੇ ਨਜ਼ਰ ਆ ਰਿਹਾ। ਤਾਂ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਦੀ ਰਫ਼ਤਾਰ ਤੇ ਬ੍ਰੇਕ ਲੱਗੀ ਹੈ। ਏਅਰਲਾਈਨਸ ਸਰਵਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ।
ਸਪਾਈਸ ਜੈੱਟ, ਇੰਡੀਗੋ ਸਮੇਤ ਕਈ ਵੱਡੀਆਂ ਕੰਪਨੀਆਂ ਦੀਆਂ ਉਡਾਨਾਂ ਇਸ ਵੇਲੇ ਰੱਦ ਹੋ ਚੁੱਕੀਆਂ ਨੇ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਟਿਕਟ ਬੁਕਿੰਗ ਅਤੇ ਚੈੱਕ ਇਨ ਤੇ ਯਾਤਰੀ ਬੇਹੱਦ ਪਰੇਸ਼ਾਨ ਹੋ ਰਹੇ ਨੇ।